तुसी एक बार मुड़ इतिहास दोहरा दिता उ मान लो कल सिंह ने मान लो कई लोगों का टाकरा किया पुलिस ने भी काफ़ी तशद्दुद किए अलीपुर थाने ले जाके भी तुहाडे तशद्दुद किए गए संगतां नूं की सुनेहा दोगे आउंदे समें लई ਉਹਦੇ ਸਾਹਮਣੇ ਇੱਕੋ ਸੁਨੇਹਾ ਜੀ ਇਕਜੁੱਟ ਹੋਈਏ ਗਾਹਾਂ ਆਪਾਂ ਬਾਗਡੋਰ ਸੰਭਾਲਣੀ ਕਾਂ ਕਿਸਾਨ ਅੰਦੋਲਨ ਦੀ ਗਾਹਾਂ ਜੀ ਸਾਡਾ ਮਨਜਿੰਦਰ ਸਿੰਘ ਸਰਸਾ ਜੀ ਸਰਸਾ ਸਾਹਿਬ ਵੱਡਾ ਯੋਗਦਾਨ ਰਿਹਾ ਤੁਹਾਡਾ ਨੌਜਵਾਨ ਜਿੰਨੇ ਵੀ ਗ੍ਰਿਫਤਾਰ ਕੀਤੇ ਗਏ ਰਣਜੀਤ ਸਿੰਘ ਨੂੰ ਅੱਜ ਇੱਥੇ ਲੈ ਕੇ ਪਹੁੰਚੇ ਸੀਗਾ ਅਸੀਂ ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਤੇ ਆਏ ਹਾਂ ਗੁਰੂ ਸਾਹਿਬ ਦਾ ਪਠਾਨਕੋਟ ਧੰਨਵਾਦ ਕਰਨ ਵਾਸਤੇ ਆਪਣੀ ਕੌਮ ਤੇ ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ ਹੈ ਸ਼ੇਰਾਂ ਦੀ ਕੌਮ ਹੈ ਇਹਨੂੰ ਕਈ ਕਿੱਧਰਾਂ ਦੀ ਹਮਲਾ ਕਰਨ ਦੀ ਕੋਸ਼ਿਸ਼ ਪਹਿਲਾਂ ਕੀਤੀ ਅਗਾਂਹ ਵੀ ਕਰਨਗੇ ਸ਼ੇਰ ਜ਼ਖਮੀ ਹੋ ਸਕਦਾ ਸ਼ੇਰ ਪਿੰਜਰੇ 'ਚ ਹੋ ਸਕਦਾ ਸਲਾਖਾਂ ਦੇ ਪਿੱਛੇ ਹੋ ਸਕਦਾ ਪਰ ਸ਼ੇਰ ਸ਼ੇਰ ਰਹਿੰਦਾ ਅਤੇ ਲੋਕਾਂ ਨੂੰ ਯਾਦ ਰਹਿਣਾ ਚਾਹੀਦਾ ਅਸੀਂ ਆਪਣੇ ਭਰਾ ਨਾਲ ਡੱਟ ਕੇ ਖੜ੍ਹੇ ਹਾਂ ਅਸੀਂ ਦੱਸਣ ਵਾਸਤੇ ਕੱਲ੍ਹ ਵੀ ਬੜੇ ਪੁਨਾਂ ਦੇ ਸਵਾਗਤਾਂ ਨਾਲ ਕੱਲ੍ਹ ਵੀ ਮਾਲਾ ਦੇ ਸਵਾਗਤ ਕਰਦੇ ਹੋਏ ਟੋਲ ਮੰਗਾਣਿਆਂ ਦੇ ਨਾਲ ਲੈ ਕੇ ਆਏ ਭਰਾ ਨੂੰ ਕਿ ਜਿਹੜੇ ਲੋਕ ਇਹ ਕਹਿੰਦੇ ਸੀ ਸਾਨੂੰ ਜਦੋਂ ਅਸੀਂ ਟੀਵੀਆਂ 'ਤੇ ਜਾਂਦੇ ਸੀ ਕਿ ਤੁਸੀਂ ਦੇਸ਼ ਦੇ ਉਹਨਾਂ ਨਾਲ ਖੜ੍ਹੇ ਜੇ ਅਸੀਂ ਦੱਸਣ ਆਏ ਸੀ ਵੀ ਨਹੀਂ ਅਸੀਂ ਦੇਸ਼ ਦੇ ਵਫ਼ਾਦਾਰ ਸਿਪਾਹੀਆਂ ਨਾਲ ਖੜ੍ਹੇ ਅਤੇ ਸਾਡਾ ਇਹ ਦੇਸ਼ ਦਾ ਰਣਜੀਤ ਜਿਹੜਾ ਇਹ ਦੇਸ਼ ਦਾ ਵਫ਼ਾਦਾਰ ਆ ਲੇਕਿਨ ਇਹ ਜ਼ੁਲਮ ਦਾ ਜਿਹੜਾ ਹੈ ਉਹ ਸਰਕਾਰਾਂ ਵੱਲੋਂ ਜ਼ੁਲਮ ਕੀਤਾ ਜਾ ਰਿਹਾ ਪੁਲਿਸ ਵੱਲੋਂ ਜ਼ੁਲਮ ਕੀਤਾ ਜਾ ਰਿਹਾ ਉਹਦੇ ਦਾ ਟਾਕਰਾ ਕਰਨਾ ਦੇਸ਼ ਦੇ ਨਾਲ ਦੇਸ਼ ਦੇ ਖਿਲਾਫ਼ ਨਹੀਂ ਹੁੰਦਾ ਇਸ ਕਰਕੇ ਅਸੀਂ ਆਪਣੇ ਭਰਾ ਦੇ ਨਾਲ ਖੜ੍ਹੇ ਹਾਂ ਇਸ 'ਤੇ ਜੋ ਕੀਤਾ ਹੈ ਕੋਈ ਐਸਾ ਗਲਤ ਕੰਮ ਨਹੀਂ ਕੀਤਾ ਜਿਹਦੇ ਨਾਲ ਸਮਾਜ ਸਿਰ ਚੁੱਕੇ ਬਲਕਿ ਇਹਨੇ ਕੌਮ ਜੋ ਕੀਤਾ ਜਿਹਦਾ ਨਾਮ ਸਮਾਜ ਸਿਰ ਉੱਚਾ ਹੋਵੇ ਇਹਨੇ ਜ਼ੁਲਮ ਦਾ ਟਾਕਰਾ ਕੀਤਾ ਹੈ ਔਰ ਸੀ ਨਹੀਂ ਕੀਤੀ ਔਰ ਆਪਣੇ ਸੰਯਮ 'ਤੇ ਦਿੱਤੇ ਨੇ ਆਪਣਾ ਕਾਬੂ ਰੱਖਿਆ ਹੈ ਉੱਥੇ ਜਜ਼ਬਾਤਾਂ 'ਤੇ ਵੀ ਕਾਬੂ ਰੱਖਿਆ ਔਰ ਨਾਲ ਹੀ ਉਸ ਜੋ ਸਰਕਾਰ ਜ਼ਬਰ ਜ਼ੁਲਮ ਇੱਕ ਤੋਂ ਸੀਧੀ ਆਵਾਜ਼ਾਂ ਸੁਣ ਕੇ ਆਪਣੇ ਆਪ ਨੂੰ ਠੰਡ ਪਾਉਣਾ ਚਾਹੁੰਦਾ ਸੀਗਾ ਉਹਨਾਂ ਦੀ ਉਸ ਜਿਹੜੀ ਮੁਰਾਦ ਨੂੰ ਇਹਨੇ ਕਦੇ ਪੂਰਾ ਨਹੀਂ ਹੋਣ ਦਿੱਤਾ ਇਸ ਕਰਕੇ ਅਸੀਂ ਆਪਣੇ ਸ਼ੇਰ ਨਾਲ ਖੜ੍ਹੇ ਜਦੋਂ ਕੱਲ੍ਹ ਵੀ ਜੇਲ੍ਹ 'ਚੋਂ ਬਾਹਰ ਆਇਆ ਸਾਨੂੰ ਪਕੜਿਆ ਕਿ ਇਹਦੇ ਚਿਹਰੇ ਦੇ ਉੱਤੇ ਨਾ ਉਧਣ ਸ਼ਿਕਨ ਸੀ ਜਦੋਂ ਜੇਲ੍ਹ ਜਾ ਰਿਹਾ ਸੀ ਅਤੇ ਨਾ ਉਧਣ ਸ਼ਿਕਨ ਸੀ ਜਦੋਂ ਜੇਲ੍ਹ 'ਚੋਂ ਬਾਹਰ ਆ ਰਿਹਾ ਸੀ ਜੋ ਗੁਰੂ ਸਾਹਿਬ ਦਾ ਧੰਨਵਾਦ ਕਰਨਾ ਚਿੱਤਾ ਸਾਹਿਬ ਫਤਿਹ ਦਿਵਸ 'ਤੇ ਰਣਜੀਤ ਦੀ ਰਿਹਾਈ ਹੁੰਦੀ ਆ ਕਿਵੇਂ ਵੇਖਦੇ ਆ ਸਾਰੀ ਘਟਨਾ ਗੁਰੂ ਸਾਹਿਬ ਨੇ ਆਪ ਕਿਰਪਾ ਕੀਤੀ ਆ ਦੇਖ ਕੇ ਦੱਸਿਆ ਕਿ ਅਹਿਮਦ ਕਈਆਂ ਜ਼ਰੂਰ ਚਾਹੁੰਦੇ ਹੋਣਗੇ ਕਿ ਮੇਰੇ ਬੱਚਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਦੇਖੋ ਤੁਸੀਂ ਉੱਦਣ ਜਮਾਨਤ ਹੋਣੀ ਜਮਾਨਤ ਤੋਂ ਬਾਅਦ ਬਾਹਰ ਨਾ ਆ ਸਕਣਾ ਔਰ ਛੇਛੇ ਵਾਰ ਜਮਾਨਤ ਰਿਜੈਕਟ ਹੋ ਜਾਣੀ ਦੋ ਵਾਰ ਤੁਸੀਂ ਦੁਬਾਰਾ ਲਾ ਕੇ ਮੰਗਲਵਾਰ ਆ ਰਹੇ ਹੋ ਮੰਗਲਵਾਰ ਬਾਹਰ ਨਾ ਆਉਣਾ ਔਰ ਜਿੱਦਣ ਉਹੀ ਦਿਨ ਮਨਾਇਆ ਜਾ ਰਿਹਾ ਸੀ ਦਿੱਲੀ ਫਤਿਹ ਦਿਵਸ ਜੋ ਕਿ ਦਿੱਲੀ ਦੇ ਲਾਲ ਕਿਲ੍ਹੇ ਨੂੰ ਫਤਿਹ ਕਰਨ ਵਾਲਾ ਦਿਵਸ ਸੀਗਾ ਉਸੇ ਦਿਨ
जमानत हो चुकी किन्ने व्यक्ति होर जेल च बगे सारे जमानत हो गई 141 लोग जो ने बाहर आ चुके और शायद 8 लोग जो 8 की जमानत बाकी ने हो सकता एक नंबर की कंफ्यूजन हो गई मैंने पर 8 लोग जो ने जमानत भी बाकी काफी लंबा अंदोलन चल रहा पर मोदी सरकार ते कन्ना ने जूनी सर्कली ज्यों दा त्यों ही अजे भी कानूनां नूं सही दस्सा जा तुहाडा सहमत नहीं है इस गल ते कि जूनी सर्कली तुसीं बहुत अंडरएस्टिमेट करदे जी और तुहानूं मैं बेनती करना करना भी चाहिए पहली गल ये आ देखो जदों ये दिल्ली गए इन्हां को दिल्ली बढ़ने का दस्सा लेकिन जदों शेरां ने बॉर्डर को दिहाड़िया उन्होंने कहा आ जाओ दिल्ली तुहानूं इत्थे जिहड़ा हैगा बराड़ी ग्राउंड जगह दिंदे आ बैठोगे तां गल करांगे ਸ਼ੇਰਾਂ ਨੇ ਫਿਰ ਦਹਾੜਿਆ ਕਹਿੰਦੇ ਕੋਈ ਨਹੀਂ ਜਿੱਥੇ ਬੈਠੇ ਜੀ ਉੱਥੇ ਬੈਠੋ ਫਿਰ ਗੱਲ ਕਰਾਂਗੇ ਫਿਰ ਕਹਿੰਦੇ ਜੀ ਅਸੀਂ ਕਾਨੂੰਨ ਨਹੀਂ ਰੱਦ ਕਰਾਂਗੇ ਜਦੋਂ ਸਾਡੇ ਸਿੰਘਾਂ ਨੇ ਫਿਰ ਦਹਾੜਿਆ ਫਿਰ ਕਹਿੰਦੇ ਕਰ ਦਿੰਦੇ ਹਾਂ ਜੀ 2 ਸਾਲ ਦੀ ਹੁਣੇ ਰੱਦ ਕਰ ਦਿੰਦੇ ਹਾਂ ਬਾਕੀ ਆਪਾਂ ਬਹਿ ਕੇ ਗੱਲ ਕਰਾਂਗੇ ਤੁਸੀਂ ਇਹ ਨਾ ਕਹੋ ਕਿ ਜੂਨੀ ਸਰ ਇਹ ਨਾ ਕਹੋ ਬੜੇ ਵੱਡੇ ਤਖ਼ਤ ਨੇ ਇਹਨਾਂ ਨੇ ਹਿਲਾਇਆ ਹੈ ਔਰ ਹਿਲਾਇਆ ਵੀ ਇੰਨਾ ਵੱਡਾ ਹੈ ਜਿਵੇਂ ਕਹਿੰਦੇ ਨਾ ਉਹ 8.5 ਰਿਕਟਰ ਸਕੇਲ ਦਾ ਭੁਚਾਲ ਆ ਗਿਆ ਉਸ ਲੈਵਲ ਦੇ ਉੱਤੇ ਭੁਚਾਲ ਨਾਲ ਸਰਕਾਰ ਨੂੰ ਹਿਲਾਇਆ ਤੁਸੀਂ ਇਹ ਨਹੀਂ ਲੇਕਿਨ ਉਹ ਗੱਲ ਠੀਕ ਆ ਕਿ ਆਪਾਂ ਦੇਸੀ ਲੋਕ ਹਾਂ ਪਿੰਡਾਂ ਦੇ ਲੋਕ ਹਾਂ ਸਿੱਧੇ ਸਾਧੇ ਲੋਕ ਹਾਂ ਅਸੀਂ ਸ਼ਾਇਦ ਆਪਣੀ ਜਿੱਤ ਨੂੰ ਵੀ ਕਦੀ ਜਿੱਤ ਮਹਿਸੂਸ ਨਹੀਂ ਕਰ ਪਾਉਂਦੇ ਆਪਾਂ ਨੂੰ ਪਤਾ ਹੀ ਨਹੀਂ ਕਿ ਆਪਾਂ ਦੁਸ਼ਮਣ ਦੀਆਂ ਚੀਕਾਂ ਕਢਾਏ ਬਾਅਦ ਵੀ ਆਪਾਂ ਨੂੰ ਨਹੀਂ ਲੱਗਦਾ ਕਿਉਂਕਿ ਆਪਾਂ ਗੁਰੂ ਦੇ ਭੈਜ ਰਹਿਣ ਵਾਲੇ ਲੋਕ ਹਾਂ ਉਹਨਾਂ ਨੇ ਚੀਕਾਂ ਕਢਾਈਆਂ ਨੇ ਐਸੀ ਗੱਲ ਨਹੀਂ ਹੈਗੀ ਜੂਨੀ ਸਰਕੀ ਚੀਕਾਂ ਕਢਾਈਆਂ ਨੇ ਸਰਕਾਰ 141 ਵਿਅਕਤੀਆਂ ਤੁਸੀਂ ਜਮਾਨਤਾਂ ਦਿਲਵਾ ਚੁੱਕੇ ਹੋ ਦੀਪ ਸਿੱਧੂ ਹੋਣੀ ਵੀ ਜੇਲ੍ਹ ਦੇ ਵਿੱਚ ਬੰਦ ਆ ਉਹਨਾਂ ਦੀ ਰਿਹਾਈ ਲਈ ਕੋਈ ਕਿੱਦਾਂ ਦੇ ਉਪਰਾਲੇ ਕੀਤੇ ਜਾ ਰਹੇ ਦਿਨੀ ਸ਼ੁਭ ਤੋਂ ਦੇਸ਼ ਦੀ ਰਾਜਧਾਨੀ ਦੇ ਅੰਦਰ ਜਿੰਨਾ ਵੀ ਕਿਸਾਨ ਅੰਦੋਲਨ ਅੰਦਰ ਸਾਡੇ ਭਰਾ ਜ਼ਿਲ੍ਹਾ 'ਚ ਬੰਦ ਗਏ ਆ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਅਸੀਂ ਉਸ ਫਰਜ਼ ਦੀ ਅਦਾਇਗੀ ਖੂਬ ਨਿਭਾਵਾਂਗੇ ਜਿਹੜੇ ਲੋਕ ਜ਼ਿਲ੍ਹਾ 'ਚ ਨੇ ਬਾਕੀ ਮੈਂ ਤੁਹਾਨੂੰ ਦੱਸਿਆ ਕਿ 7-8 ਲੋਕ ਰਹਿ ਗਏ ਨੇ ਜੀ ਖਾਲਸਾ ਜੀ ਦੀ ਜਮਾਨਤ 20 ਤਰੀਕ ਦੀ ਮੈਨੂੰ ਬੜੀ ਗੁਰੂ ਸਾਹਿਬ 'ਤੇ ਕਿਰਪਾ ਰਹੀ ਅਤੇ ਜ਼ਰੂਰ ਮਿਲੀ ਅਤੇ ਇਹਨਾਂ ਦੀ ਇਸੇ ਤਰ੍ਹਾਂ ਕਰਕੇ ਵੱਧ ਤੋਂ ਵੱਧ 2 ਹਫ਼ਤਿਆਂ ਦੇ ਅੰਦਰ ਅੰਦਰ ਸਾਰੇ ਬਾਹਰ ਨੂੰ ਅੱਜ ਕਾਮਯਾਬ ਸਿਰਸਾ ਸਾਹਿਬ ਰਣਜੀਤ ਦਾ ਫੜੇ ਜਾਣਾ ਹੋਰ ਨੌਜਵਾਨਾਂ ਦਾ ਫੜੇ ਜਾਣਾ ਉਸ ਤੋਂ ਬਾਅਦ ਦੇ ਵਿੱਚ ਲੱਖੇ ਦਾ ਵਿਰੋਧ ਹੋਣਾ ਦੀਪ ਦਾ ਵਿਰੋਧ ਹੋਣਾ ਕਿਤੇ ਨਾ ਕਿਤੇ ਨੌਜਵਾਨ ਪਿਛਾਂ ਹਟੀ ਸੀ ਕੀ ਲੱਗਦਾ ਤੁਸੀਂ ਫਿਰ ਆਵਾਜ਼ ਦਿਓਗੇ ਉਹਨਾਂ ਸਾਰਿਆਂ ਨੂੰ ਦੇਖੋ ਮੈਂ ਕਿਸਾਨ ਅੰਦੋਲਨ ਦੇ ਅੰਦਰ ਕੋਈ ਵੀ ਆਵਾਜ਼ ਨਹੀਂ ਦੇ ਰਿਹਾ ਮੈਂ ਤਾਂ ਕੇਵਲ ਉਹ ਸਪੋਰਟ ਕਰ ਰਿਹਾ ਜੋ ਮੇਰਾ ਫਰਜ਼ ਬਣਦਾ ਦਿੱਲੀ 'ਚ ਬੈਠ ਕੇ ਭਾਵੇਂ ਉਹਨਾਂ ਦੇ ਰਹਿਣ ਦਾ ਇੰਤਜ਼ਾਮ ਕਰਨਾ ਹੋਵੇ ਭਾਵੇਂ ਉਹਨਾਂ ਦੇ ਲੰਗਰ ਪਾਣੀ ਪਹੁੰਚਾਉਣੇ ਹੋਣ ਭਾਵੇਂ ਉਹਨਾਂ ਨੂੰ ਲੈ ਕੇ ਆਉਣਾ ਹੋਵੇ ਬਾਰਡਰਾਂ 'ਚੋਂ ਜਾਂ ਉਹਨਾਂ 'ਤੇ ਕੇਸ ਲੜਨੇ ਹੋਣ ਦੇਖੋ ਜਿਹੜੀ ਕਿਸਾਨੀ ਅੰਦੋਲਨ ਦੀ ਗੱਲ ਆ ਉਹ ਕਿਸਾਨ ਵੀਰ ਹੀ ਕਰਨ ਚੰਗੀ ਗੱਲ ਆ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਮੂੰਹ ਪੈਸੀ ਗੱਲ ਨਿਕਲੇ ਜਿਸ ਨਾਲ ਕਿਸਾਨੀ ਅੰਦੋਲਨ ਦਾ ਸਟੇਜਾਂ 'ਤੇ ਵਿਰੋਧਤਾ ਹੋਈ ਨਾ ਨੌਜਵਾਨਾਂ ਦੀ ਵਿਰੋਧਤਾ ਹੋਈ ਨੌਜਵਾਨਾਂ ਨੇ ਰੌਲਾ ਪਾਇਆ ਮੀਟਿੰਗਾਂ ਹੋਈਆਂ ਕਿਤੇ ਨਾ ਕਿਤੇ ਲੱਗਦਾ ਸੀ ਮੈਂ ਕਹਿਣਾ ਚਾਹੁੰਦਾ ਨੌਜਵਾਨਾਂ ਨੂੰ ਵੀ ਆਪਣੇ ਜਜ਼ਬੇ 'ਚ ਰਹਿਣਾ ਚਾਹੀਦਾ ਪਰ ਨੌਜਵਾਨਾਂ ਤੋਂ ਬਿਨਾਂ ਇਹ ਸੰਭਵ ਨਹੀਂ ਜਿਹੜਾ ਹਿਮਾਲਿਆ ਪਹਾੜ ਨੂੰ ਧੱਕ ਕੇ ਇਹਨਾਂ ਨੇ ਦਿੱਲੀ ਵੱਲ ਨੂੰ ਲੈ ਕੇ ਜਾਂਦਾ ਇਹ ਕੋਈ ਛੋਟੀ ਗੱਲ ਨਹੀਂ ਦੇਸ਼ ਔਰ ਦੁਨੀਆ ਨੂੰ ਨੌਜਵਾਨਾਂ ਦੀ ਤਾਕਤ ਸੀਗੀ ਜਿਸ ਨੇ ਪੂਰੀ ਦੁਨੀਆ ਨੂੰ ਇਹ ਦੱਸਣਾ ਕੀਤਾ ਕਿ ਉਹ ਨੌਜਵਾਨ ਨੇ ਜਿਹੜੇ ਹਿਮਾਲਿਆ ਨੂੰ ਧੱਕ ਕੇ ਦਿੱਲੀ ਵੱਲ ਨੂੰ ਲੈ ਗਏ ਇੱਡੇ ਸਿੱਖਾਂ 'ਤੇ ਇਹਨਾਂ ਨੇ ਜਾ ਕੇ ਜਿਹੜਾ ਅੰਦੋਲਨ ਨੂੰ ਪਹੁੰਚਾਇਆ ਲੇਕਿਨ ਸੰਯਮ ਵੀ ਜ਼ਰੂਰੀ ਆ ਅਤੇ ਜਿਹੜੇ ਸਾਡੇ ਸਿਆਣੇ ਉੱਥੇ ਬੈਠੇ ਨੇ ਉਹਨਾਂ ਦਾ ਜਿਹੜਾ ਉਹਨਾਂ ਦਾ ਅੰਦੋਲਨ ਦੇ ਅੰਦਰ ਉਹਨਾਂ ਦਾ ਜੋ ਯੋਗਦਾਨ ਆ ਔਰ ਉਹਨਾਂ ਦੇ ਯੋਗਦਾਨ ਨੂੰ ਨਕਾਰਿਆ ਨਹੀਂ ਜਾ ਸਕਦਾ ਜਿੱਥੇ ਨੌਜਵਾਨਾਂ ਦੇ ਯੋਗਦਾਨ ਨੂੰ ਨਹੀਂ ਨਕਾਰਿਆ ਜਾ ਸਕਦਾ ਉੱਥੇ ਸਾਡੇ ਵੱਡਿਆਂ ਦੇ ਯੋਗਦਾਨ ਨੂੰ ਵੀ ਨਕਾਰਿਆ ਜਾ ਸਕਦਾ ਉਹਨਾਂ ਦੀ ਸੇਧ ਲੈ ਕੇ ਕੰਮ ਕਰਨਾ ਚਾਹੀਦਾ ਜੇ ਆਪਾਂ ਅੰਦੋਲਨ ਤੋਂ ਹਟ ਕੇ ਗੱਲ ਕਰੀਏ ਤਾਂ ਤੁਹਾਡੇ ਵੱਲੋਂ ਵੱਡੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਾਲ ਹੀ ਵਿੱਚ ਹਸਪਤਾਲ ਖੋਲ੍ਹਿਆ ਗਿਆ ਨਾਲ ਹੀ ਜਿਹੜਾ MRI 50 ਰੁਪਏ ਵਿੱਚ ਕੀਤੀ ਜਾ ਰਹੀ ਕੀ ਕਹਿਣਾ ਚਾਹੋ ਕਦੋਂ ਸ਼ੁਰੂ ਰੁਪਏ ਨਾਲ ਪਾ ਲਓ ਅਸੀਂ ਤਾਂ ਸ੍ਰੀ ਅਕਾਲ ਗੁਰੂ ਨੇ ਸਾਡੀ ਛੋਟੀ ਖੈਰ ਪਾਈ ਆ ਵਡਿਆਈ ਦੇ ਇਹ ਗੁਰੂ ਦੀ ਆਪ ਕਿਰਪਾ ਹੋਈ ਆ ਸਿੱਖਾਂ ਦੀ ਜੈ ਜੈਕਾਰ ਦੁਨੀਆਂ 'ਚ ਗੁਰੂ ਸਾਹਿਬ ਕਰਾ ਰਹੇ ਨੇ ਅੱਜ ਦੁਨੀਆਂ ਸਿੱਖਾਂ ਦੀ ਜੈ ਜੈਕਾਰ ਕਰਦੀ ਆ ਵੀ ਇਹ ਦੇਖੋ ਇਹਨਾਂ ਤੋਂ ਕੰਮ ਕਰਨਾ ਸਿੱਖੋ ਇਹਨਾਂ ਦੇ ਕਾਰਜ ਜਾ ਕੇ ਦੇਖੋ ਲੋਕ ਜਿਹੜੇ ਸਾਨੂੰ ਡਿਸਟ੍ਰਿਕਟ ਮੀਡੀਆ ਅਤੇ IT ਸੈੱਲ ਵਾਲੇ ਬਦਨਾਮ ਕਰਦੇ ਸੀ ਨਾ ਉਹਨਾਂ ਨੂੰ ਲੋਕ ਅੱਜ ਪੁੱਛਦੇ ਨੇ ਤੇ ਕਹਿੰਦੇ ਤੁਸੀਂ ਪੜ੍ਹੇ ਹੁਣ ਤੁਸੀਂ ਦੇਖ ਰਹੇ ਤਸਵੀਰਾਂ ਮੇਰੇ ਜਥੇਬੰਦੀਆਂ ਵੱਲੋਂ ਨਾਲ ਤੋਂ ਪੁੱਜੀਆਂ ਜਥੇਬੰਦੀਆਂ ਭਾਈ ਕਾਬਲ ਸਿੰਘ ਮਨਜੀਤ ਸਿੰਘ ਬਾਹਰ ਤੋਂ ਹੋਰ ਮਨਜੀਤ ਸਿੰਘ ਦੇ ਸਰਸਾ ਸਾਹਿਬ ਦਾ ਸਵਾਗਤ ਅਸੀਂ ਮਨਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਹਾਲ ਆ ਸਰਸਾ ਸਾਹਿਬ ਇੱਕ ਮਿੰਟ ਇੱਕ ਗਰੁੱਪ ਫੋਟੋ ਕਰ ਲਈਏ ਜੀ ਇੱਕ ਮਿੰਟ ਸਾਰਿਆਂ ਦੀ ਭਾਜੀ ਸਰਸਾ ਸਾਹਿਬ ਫੋਟੋ ਇੱਕ ਗਰੁੱਪ ਫੋਟੋ ਕਰ ਲਈਏ ਪੇਪਰ ਵਾਸਤੇ ਅਖਬਾਰ ਵਾਲੇ ਸਾਨੂੰ ਭਾਜੀ ਸਾਰੇ ਖੋਲ ਜਾਓ ਪਰਿਵਾਰਕ ਮੈਂਬਰ ਸਾਰੇ ਨਾਲ ਆ ਜਾਓ ਭਾਜੀ 500 ਰੁਪਏ ਜਿੰਨੇ ਨਾਲ ਪਾਉਣੇ ਆ ਨਾ ਪਾਲੋ ਜੀ ਪਾਲੋ ਸ਼ਾਰਟ ਤਾਂ ਲਾ ਓਕੇ ਕਰੇ ਨੂੰ ਭਾਈ ਸਾਰੇ ਖੋਲ ਜਾਓ ਭਾਜੀ 500 ਰੁਪਏ ਪਾਲੋ ਦੇ ਕਿਹੜੀ ਪਾਲੋ ਉਹ ਸਰੂਪਾ ਸਾਹਿਬ ਥੱਲੇ ਲੱਗ ਗਿਆ ਜੀ ਮਹਾਰਾਜ ਤੁਸੀਂ ਨਾਲ ਜੋ ਸਿੰਘ ਨਾਲ ਮਦਦ ਕਰੋ ਹਾਂ ਪਥੋੜਾ ਖੋਲ ਜਾਓ ਭਾਜੀ
ਪ੍ਰਧਾਨ ਜੀ ਥੋੜ੍ਹਾ ਜਿਹਾ ਖੁੱਲ ਜਾਓ ਥੋੜ੍ਹਾ ਉਹਨਾਂ ਨੂੰ ਅੱਗੇ ਹੱਲ ਮਹਾਰਾਜ ਥੋੜ੍ਹਾ ਜਿਹਾ ਨਾਲ ਆ ਜਾਓ ਹਾਂ ਹਾਂ ਇੱਕ ਮਿੰਟ ਜੀ ਭਾਜੀ ਥੋੜ੍ਹਾ ਪਿੱਛੇ ਜੀ ਤੁਸੀਂ ਪਾ ਲਓ ਸਰੋਕੇ ਪਾ ਲਓ ਭਾਜੀ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਜੋ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਜਿਹੜਾ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਰਣਜੀਤ ਸਿੰਘ ਅਤੇ ਉਹਨਾਂ ਦੇ ਸਾਥੀ ਰਣਜਿੰਦਰ ਸਿੰਘ ਸਰਸਾ ਜੀ ਅਤੇ ਉਹਨਾਂ ਜਿਹੜੇ ਹੋਰ ਜਿਹੜੇ ਸਾਥੀ ਪੁੱਜੇ ਸਰਸਾ ਸਾਹਿਬ ਉਹਨਾਂ ਨੂੰ ਸਨਮਾਨ ਕੀਤਾ ਜਾ ਰਿਹਾ ਸਾਡੇ ਨਾਲ ਰਣਜੀਤ ਸਿੰਘ ਦੇ ਪਾਜੀ ਵੀ ਮੌਜੂਦ ਆ ਹਾਂਜੀ ਮਾਤਾ ਜੀ ਬਾਕੀ ਸਾਰੇ ਵਾਰਡ ਦਾ ਸਾਰਿਆਂ ਨੇ ਸਾਥ ਦਿੱਤਾ ਸਾਡਾ ਹਾਂਜੀ ਬਹੁਤ ਖੁਸ਼ ਹੋਇਆ ਜੋ ਮਸੀਹ ਪੁੱਤ ਮਿਲਿਆ 29 ਜਨਵਰੀ ਕਾਫੀ ਸੱਦਰੀ ਵੀ ਟਾਇਆ ਗਿਆ ਸੀ ਮੰਨ ਲਓ ਸਰਕਾਰ ਦੀ ਮੌਕਰੀ ਹਕੂਮਤ ਵੱਲੋਂ ਹਾਂਜੀ ਹਾਂਜੀ ਉਹਨਾਂ ਨੂੰ ਕਹਣਾ ਹੋ ਵੀ ਜਿਹੜੀ ਪੁੱਤ ਛਡਾ ਕੇ ਲਿਆਂਦਾ ਹੋਰ ਨਾ ਨੌਜਵਾਨਾਂ ਨੂੰ ਕੀ ਅਪੀਲ ਕਰੋਗੇ ਤੁਹਾਡਾ ਪੁੱਤ ਹੈ ਕਿਸਾਨੀ ਅੰਦੋਲਨ ਚੱਲ ਰਿਹਾ ਕੀ ਅਪੀਲ ਕਰੋਗੇ ਕੀ ਸੁਨੇਹਾ ਦੋਗੇ ਲੋਕਾਂ ਹਾਂਜੀ ਇਹੀ ਕਰਾਂਗੇ ਵੀ ਅੰਦੋਲਨ ਚ ਇੱਦੇ ਖੜਨਾ ਆ ਅਸੀਂ ਬੋਲੇ ਸੋਨੇਹਾ ਸਾਡਾ ਮਜ਼ਦੂਰ ਏਕਤਾ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਧੰਨਵਾਦ ਸਰਦਾਰ ਮਨਜਿੰਦਰ ਸਰਸਾ ਜਿਨ੍ਹਾਂ ਨੇ ਸਾਡੇ ਵੀਰ ਦੀ ਮਹਿਤ ਦਿੱਤੀ ਆ ਮੈਂ ਪੱਤਰਕਾਰਾਂ ਭਾਈ ਰਣਜੀਤ ਸਿੰਘ ਜੀ ਨੂੰ ਜਿਹਨੂੰ ਤੁਸੀਂ ਦੇਖਿਆ ਸੀ ਜਿਸ ਤਰ੍ਹਾਂ ਤਸ਼ੱਦਦ ਉਹਦੇ ਤੇ ਕੀਤੀ ਗਈ ਸੀ ਪੁਲਿਸ ਵੱਲੋਂ ਜ਼ੁਲਮ ਢਾਇਆ ਗਿਆ ਸਰਕਾਰਾਂ ਵੱਲੋਂ ਤਸ਼ੱਦਦਾਂ ਕੀਤੀਆਂ ਗਈਆਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਿਰਪਾ ਹੋਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰਹਿਮਤ ਕੀਤੀ ਉਹ ਕੇਸ ਅੰਦਰ ਜਿਸ ਕੇਸ ਦੇ ਅੰਦਰ ਲੋਕਾਂ ਦੀਆਂ ਪੰਜ ਪੰਜ ਚਾਰ ਚਾਰ ਸਾਲ ਤੱਕ ਜ਼ਮਾਨਤਾਂ ਨਹੀਂ ਹੁੰਦੀਆਂ ਦੇਸ਼ ਧਰੋਹ ਦੇ ਕੇਸ ਪਾ ਦਿੱਤੇ ਜਾਣ 307 ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰਨ ਦਾ ਜਾਨਲੇਵਾ ਹਮਲਾ ਕਰਨ ਦਾ ਉਹਦੇ ਬਾਅਦ ਵੀ ਗੁਰੂ ਸਾਹਿਬ ਨੇ ਆਪਣੇ ਸੇਵਕਾਂ ਦੀ ਪੱਤ ਰੱਖੀ ਔਰ ਇਹੋ ਜਿਹੇ ਹਾਲਾਤਾਂ 'ਚੋਂ ਵੀ ਸਾਨੂੰ ਹੱਥ ਦੇ ਕੇ ਆਪ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਰਾਮਦਾਸ ਪਾਤਸ਼ਾਹ ਨੇ ਕੱਢਿਆ ਇਸ ਕਰਕੇ ਅੱਜ ਰਣਜੀਤ ਜੀ ਦੇ ਨਾਲ ਪਹਿਲੀ ਸੁਖਣਾ ਸੀ ਕਿ ਜਿੱਦਣ ਗੁਰੂ ਸਾਹਿਬ ਕਿਰਪਾ ਹੋਈ ਸਭ ਤੋਂ ਪਹਿਲਾਂ ਤੇਰੇ ਦਰ 'ਤੇ ਆ ਕੇ ਸੀਸ ਨਵਾ ਕੇ ਆਪ ਜੀ ਦਾ ਕਟਾਨਕੋਟ ਸ਼ੁਕਰਾਨਾ ਕਰਨਾ ਵਾਂ ਆਪ ਦਾ ਸੀਸਾ ਲੈਣਾ ਬੋਲੇ ਸਾਡੀ ਕੌਮ ਨੂੰ ਸਾਡੇ ਪੰਥ ਨੂੰ ਸਾਡੀ ਕੌਮ ਨੂੰ ਕਿਸਾਨ ਜਥੇਬੰਦੀ ਨੂੰ ਇਸ ਗੱਲ ਦਾ ਮਾਣ ਆ ਕਿ ਸਰਕਾਰਾਂ ਨੇ ਬਹੁਤ ਸੀ ਕਢਾਉਣ ਦੀ ਕੋਸ਼ਿਸ਼ ਕੀਤੀ ਬਹੁਤ ਤਸ਼ੱਦਦ ਕਰਕੇ ਇਹਦੇ ਮੂੰਹ ਹਾਂ ਸੁਣਨਾ ਚਾਹੁੰਦੇ ਸੀ ਪਰ ਉਹ ਕਿਸੇ ਸੂਰਤ ਅੰਦਰ ਇਸਨੇ ਉਹ ਉਹਨਾਂ ਦੀ ਮੁਰਾਦ ਪੂਰੀ ਨਹੀਂ ਹੋਣ ਦਿੱਤੀ ਅਤੇ ਗੁਰੂ ਦੀ ਉਹਦਾ ਵੀ ਧੰਨਵਾਦ ਕਰਨ ਵਾਸਤੇ ਆਏ ਹਾਂ ਸੋ ਰਣਜੀਤ ਸਿੰਘ ਧੰਨਵਾਦ ਕਰਨ ਵਾਸਤੇ ਆਇਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਦੁਨੀਆ ਭਰ 'ਚ ਵੱਸਦੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਮਾਵਾਂ ਨੇ ਅਰਦਾਸਾਂ ਕੀਤੀਆਂ ਵੀਰਾਂ ਨੇ ਸਾਡੇ ਦੀ ਅਰਦਾਸਾਂ ਕੀਤੀਆਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਲਈ ਹਾਂ ਦਾ ਨਾਰਾ ਮਾਰਿਆ ਉਹਨਾਂ ਲਈ ਧੰਨਵਾਦ ਕਰਦੇ ਹਾਂ ਦਿੱਲੀ ਦੇ ਸਿੱਖਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿਸਾਨਾਂ ਨੂੰ ਗਲੇ ਲਾਇਆ ਔਰ ਆਪਣਾ ਫਰਜ਼ ਸਮਝ ਕੇ ਉਹਨਾਂ ਦੀ ਅਦਾਇਗੀ ਫਰਜ਼ ਦੀ ਅਦਾਇਗੀ ਕੀਤੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਉਹਨਾਂ ਸਾਰੇ ਵਕੀਲਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਚਿਹਰੇ ਪਛਾਣੇ ਭਾਵੇਂ ਨਹੀਂ ਸੀ ਪਰ ਜਿਹੜੇ ਆਪਣੇ ਆਪ ਨੂੰ ਪਛਾਣੇ ਚਿਹਰੇ ਦੱਸਦੇ ਸੀ ਉਹ ਡਰ ਕੇ ਭੱਜ ਗਏ ਉਸ ਵੇਲੇ ਸਾਡੇ ਨੌਜਵਾਨਾਂ ਨੇ ਸਾਡਾ ਸਾਥ ਦਿੱਤਾ ਔਰ ਸਾਡੀ ਲੜਾਈ ਲੜੀ ਮੈਂ ਉਹਨਾਂ ਵਕੀਲਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਗੁਰੂ ਸਾਹਿਬ ਦੇ ਚਰਨਾਂ 'ਚ ਵਿਸ਼ੇਸ਼ ਤੌਰ 'ਤੇ ਉਹਨਾਂ ਨੂੰ ਅਰਦਾਸ ਵਾਸਤੇ ਲੈ ਕੇ ਆਏ ਹਾਂ ਕਿ ਗੁਰੂ ਸਾਹਿਬ ਜਿਨ੍ਹਾਂ ਨੂੰ ਤਾਂ ਤੁਸੀਂ ਬਲ ਬਖਸ਼ਿਆ ਸੀਗਾ ਉਹਨਾਂ ਤੋਂ ਤੁਸੀਂ ਇਹ ਸੇਵਾ ਲਈ ਆ ਜਿਹੜੇ ਵੱਡੇ ਆਪਣਾ ਨੂੰ ਦੱਸਦੇ ਸੀਗੇ ਉਹ ਮੈਦਾਨ ਛੱਡ ਕੇ ਭੱਜ ਗਏ ਨੇ ਹੁਣ ਜਿਵੇਂ ਵੱਡੇ ਵੀ ਉਹਨਾਂ ਨੂੰ ਬਣਾਇਆ ਸੀ ਤੁਸੀਂ ਹੁਣ ਵੱਡਿਆਂ ਵੀ ਇਹਨਾਂ ਵਕੀਲਾਂ ਨੂੰ ਬਣਾਇਓ ਜੀ ਜਿਨ੍ਹਾਂ ਨੇ ਪੰਥ ਦੀ ਪੱਤ ਰੱਖੀ ਔਰ ਪੰਥ ਦੇ ਨਾਲ ਖੜੇ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੁੱਚੀ ਕੌਮ ਦਾ ਸਮੁੱਚੇ ਪੰਥ ਦਾ ਗੁਰੂ ਮਹਾਰਾਜ ਦਾ ਧੰਨਵਾਦ ਕਰਨ ਲਈ ਦਰਬਾਰ ਸਾਹਿਬ ਹਾਜ਼ਰੀ ਭਰਨ ਆਇਆ ਜੀ ਸੋ ਮਹਾਰਾਜ ਚੜ੍ਹਦੀਆਂ ਗੱਲਾਂ ਬਖਸ਼ ਸਭ ਨੂੰ ਮਹਾਰਾਜ ਜਾਣੀ ਜਾਣ ਸੀ ਮਹਾਰਾਜ ਨੇ ਉੱਥੋਂ ਇੱਥੇ ਤੱਕ ਪਹੁੰਚਾਇਆ ਜੀ ਬਸ ਗੁਰੂ ਸਮਰੱਥ ਰਣਜੀਤ ਜੀ ਜਿਹੜਾ ਅੰਦੋਲਨ ਸ਼ੁਰੂ ਹੋਇਆ ਉਹਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਜੀ ਅੰਦੋਲਨ ਕਰਕੇ ਵੀ ਗਏ ਸੀ ਅੱਗੇ ਵੀ ਉੱਥੇ ਸੀ ਹੁਣ ਅਗਾਂਹ ਵੀ ਉੱਥੇ ਜਾਵਾਂਗੇ ਜੀ ਹਾਂਜੀ ਚਲੋ
सरकारां दे उत्ते हमला दिखाया जावे, पुलिस दे उत्ते हमला, जानलेवा हमला, देश द्रोह बहुत कुछ किया, पर गुरु रामदास पातशाह, गुरु तेग बहादुर पातशाह दी कृपा। देश दे अंदर तां दे हक च आवाज बुलंद करन पहुंचे सी नौजवान पेरां नूं अतवाद वक्खवाद नाल जोड़न दी कोशिश की गई। जदों जदों भी तुसीं सरकारां दे जुल्म दे खिलाफ बोले जिन्हों तुहानूं अतवादी ते वक्खवादी कहा, उह सरकारां ने जिन्हां ने श्री अकाल तख्त साहिब ढाउण लग्गिआं वी गुरेज नहीं कीता, सो उहनां दे बारे च आपां की कहीए? 250 तों वध शहादत हो चुकी है पर हाले तक सरकार टस तों मस नहीं हो रही। नहीं, ऐसी गल नहीं, टस तो मस नहीं हो रही, सरकार ने तो पढ़ने पा रखा, जिम्मे 8.5 रजिस्टर स्केल का भूचाल आ जाए बहुत कुछ दिख जाता, सरकार के घर च भूचाल आया होया, सरकार के गवर्नर उच्ची उची रौला पा के कहने लग पे बचो बचो बचो, कोई छोटी गल नहीं हैगी, ना सोचिए कोई कहें जू नहीं सरकी, जू की नहीं सरकनी, तो बहुत कुछ सरक गया, सरकार सरकी पई आ। हर चीज भी ठंड तो खत्म हो गई, हूँ अगे पिंडा चल सौर वाली गर्मी आ रही है, की इंतजाम किए जा रहे हैं? पूरे इंतजाम ने बने, शैड बनाए जा रहे हैं, उत्थे पखे लाए जा रहे हैं, रहने का इंतजाम प्रॉपर बनाया जा रहा, अगे भी सीगा सर्दियों भी सर्दियों का इंतजाम किया, गर्मियों हूँ गर्मियों का इंतजाम करांगे। हूँ तक किन्ने नौजवानों से रिहा करवा चुके हो, तो हले होर किन्ने सलाखा च ने? गुरु तेग बहादुर साहब जी की रहमत बख्शी सदके गुरु ने आप अपने सेवकों तो सेवा ली है, 141 लोग जोड़े ने गुरु साहब की कृपा सदके बाहर आ गए हैं, जोड़े 8 लोग रह गए हैं उन्होंने भी गुरु साहब की कृपा बहुत जल्दी होगी, वो भी जेलों तो बहर आएंगे। तो नौजवान रणजीत सिंह भी साजूद ने तशद का शिकार हो दिल्ली पुलिस के पहुंचे थे, तुम किसानों के हक च आवाज बुलंद करने लिए, पर दिल्ली पुलिस वालों जो तशद ढाया गया वो दसो किस तरह? सब तो पहला जी मैं अपने देशों विदेशों वसदे सिखां दा दिल्ली कमेटी का जी धन्नवाद करदा, ते उहदे बाद तुसीं कोई गलबात की कहना चाहोगे जो वतीरा तुहाडे नाल कीता गया दिल्ली पुलिस वालों? दिल्ली पुलिस ने मतलब बथेरा कुट्टिया मारिया जी, ते उहदे बाद महाराज दी इन्नी कृपा रही जी, ते ओह मतलब सी नहीं कढ़ा सकदे मूंह च कढ़ा सके जी, ਮਗਰੋਂ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾ ਰਿਹਾ ਸੀ? ਨਹੀਂ, ਪਹਿਲਾਂ ਮਤਲਬ ਦੋ ਚਾਰ ਦਿਨ ਉਹਨਾਂ ਨੇ ਮਾੜਾ ਚੰਗਾ ਬੋਲਿਆ, ਉਹਦੇ ਬਾਅਦ ਜਾਣ ਕੇ ਬਿਲਕੁਲ ਸਹੀ ਹੋ ਗਿਆ। ਕੀ ਕਹੋਗੇ ਅੱਜ ਰਿਹਾ ਹੋ ਕੇ ਆਏ ਹੋ ਗੁਰੂ ਘਰ ਦਾ ਸ਼ੁਕਰਾਨ